ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਅੱਜ ਜੈਤੋ ਵਿਖੇ ਬੀਬਾ ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਦੇ ਐਮਪੀ ਬੀਬਾ ਹਰਸਿਮਰਤ ਕੌਰ ਬਾਦਲ ਪਹੁੰਚੇ ਤਾਂ ਜਿਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾ ਰਿਹਾ। ਤਸਵੀਰਾਂ ਦਿਖਾ ਦਈਏ ਕਿ ਇੱਧਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਗੱਡੀ ਹੈ ਤਾਂ ਉੱਧਰ ਕਿਸਾਨਾਂ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ, ਕਾਲੇ ਝੰਡੇ ਦਿਖਾਏ ਜਾ ਰਹੇ ਹੈ ਤਾਂ ਕਿਸਾਨਾਂ ਵੱਲੋਂ ਕਾਲੇ ਝੰਡੇ ਦਿਖਾਏ ਜਾ ਰਹੇ ਆ, ਇੱਧਰ ਹੀ ਸਾਈਡ ਤੇ ਰਹੀ ਕਾਲੇ ਝੰਡੇ ਦਿਖਾਏ ਜਾ ਰਹੇ ਆ ਬੀਬਾ ਹਰਸਿਮਰਤ ਕੌਰ ਨੂੰ। ਆਹ ਤਸਵੀਰਾਂ ਦੇਖ ਰਹੇ ਹੋ ਤੁਸੀਂ, ਤਸਵੀਰਾਂ ਦੇ ਵਿੱਚ ਲਗਾਤਾਰ ਜਿਹੜੇ ਆ ਕਾਲੇ ਝੰਡੇ ਦਿਖਾਏ ਜਾ ਰਹੇ ਆ, ਡਟਵਾਂ ਵਿਰੋਧ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ ਦੀ ਗੱਡੀ ਲੰਘੀ ਆ, ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੈ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ, ਪੁਲਿਸ ਦੀ ਤੈਨਾਤੀ ਹੈ ਜਿਹੜਾ ਕਿਸਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੀਬਾ ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਦੇ ਐਮਪੀ ਸੁਖਬੀਰ ਸਿੰਘ ਬਾਦਲ ਦੀ ਪਤਨੀ। ਆ ਤਸਵੀਰਾਂ ਇੱਕ ਵਾਰ ਮੁੜ ਕੇ ਦਿਖਾ ਲਈਏ ਕਿ ਕਾਫਲਾ ਲੰਘ ਚੁੱਕਿਆ, ਉਹਨਾਂ ਦਾ ਕਾਫਲਾ ਲੰਘਿਆ ਤਾਂ ਉਸ ਤੋਂ ਬਾਅਦ ਵੀ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਸੀ ਉਹਨਾਂ ਦਾ ਇਹੀ ਕਹਿਣਾ ਕਿ ਜਦੋਂ ਬਿੱਲ ਪਾਸ ਹੋਏ ਤਾਂ ਇਹਨਾਂ ਦੇ ਸਾਈਨ ਆ, ਉਸ ਟਾਈਮ ਜਦੋਂ ਕਾਨੂੰਨ ਬਿੱਲ ਦੇ ਰੂਪ ਸੀ ਤਾਂ ਉਸ 'ਤੇ ਇਹਨਾਂ ਦੇ ਸਾਈਨ ਹੈ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ, ਮੁਰਦਾਬਾਦ ਦੇ ਨਾਅਰੇ ਆ, ਕਾਲੇ ਝੰਡੇ ਹੱਥਾਂ 'ਚ ਫੜੇ ਆ। ਤਾਂ ਤਸਵੀਰਾਂ ਬਿਆਨ ਕਰਦੀਆਂ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਗੁੱਸਾ, ਉਹ ਤਸਵੀਰਾਂ ਜਿਹੜੀਆਂ ਬਿਆਨ ਕਰ ਰਹੀਆਂ। ਤਾਂ ਅੱਜ ਹਰਸਿਮਰਤ ਬਾਦਲ ਆਇਆ ਵਿਰੋਧ ਕਰਨ ਦਾ ਕੀ ਕਾਰਨ ਹੈ? ਵਿਰੋਧ ਕਰਨ ਦਾ ਮਤਲਬ ਇਹ ਹੈ ਜੀ, ਪਹਿਲਾ ਨੰਬਰ ਤਾਂ ਹਜੇ 600 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ। ਕੱਲ ਪਰਸੋਂ ਦੀ ਘਟਨਾ ਜਿਹੜੀ ਲਖੀਮਪੁਰ ਦੇ ਵਿੱਚ, ਆਪਣੇ ਕਿਸਾਨ ਉਹ ਵੀ ਬੀਜੇਪੀ ਕੰਨੋਂ ਸ਼ਹੀਦ ਹੋਇਆ ਵਿਆ। ਇੱਥੇ ਬੀਜੇਪੀ ਦਾ ਸਾਥ ਦੇਣ ਦੀ ਖਾਤਰ ਸ਼੍ਰੋਮਣੀ ਅਕਾਲੀ ਦਲ ਦੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਦੇ ਉੱਤੇ ਸਾਈਨ ਕਰੇ ਸੀ। ਸਾਈਨ ਕਰਕੇ ਸਾਰੇ ਬਾਦਲ ਪਰਿਵਾਰ ਨੇ ਲੋਕਾਂ ਨੂੰ ਕਿਹਾ, ਕਿਸਾਨਾਂ ਨੂੰ ਕਿਹਾ ਕਿ ਇਹ ਲੋਕਾਂ ਦਾ ਕਿਸਾਨ ਦੇ ਸਾਥ ਦੇਣ ਵਾਲੇ ਕਾਨੂੰਨ ਆ। ਜਦੋਂ ਲੋਕਾਂ ਨੇ ਵਿਰੋਧ ਕਰਿਆ ਤਾਂ ਇਹੀ ਜਿਹੜਾ ਬਾਦਲ ਪਰਿਵਾਰ ਸੀ ਹੁਣ ਇਹ ਗੱਲ ਕਹਿ ਰਿਹਾ ਹੈ ਕਿ ਕਿਸਾਨ ਵਿਰੋਧੀ ਆ, ਕਿਸਾਨ ਵਿਰੋਧੀ ਆ। ਅੱਜ ਜਿਹੜਾ ਜੈਤੋ ਮੰਡੀ ਦੇ ਵਿੱਚ ਇਹਨਾਂ ਨੇ ਆਪਦਾ ਪ੍ਰੋਗਰਾਮ ਲਿਖਿਆ, ਅਸੀਂ ਆਪਣਾ ਸਿੱਧੂਪੁਰ ਜਥੇਬੰਦੀ ਅਤੇ ਹੋਰ ਜਥੇਬੰਦੀਆਂ ਵੱਲੋਂ ਪਾਸੇ ਪ੍ਰੋਗਰਾਮ ਲਿਖਿਆ ਗਿਆ ਕਿ ਜਿਹੜਾ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਲੋਕਾਂ ਦਾ ਸਾਥ ਦੇਣਾ ਚਾਹੁੰਦੇ ਹਾਂ, ਜਾ ਕੇ ਸਾਡੇ ਟਿੱਕਰੀ ਬਾਰਡਰ 'ਤੇ, ਸਾਡੇ ਸਿੰਘੂ ਬਾਰਡਰ 'ਤੇ ਆਪਦਾ ਸਾਰੇ ਵਰਕਰਾਂ ਨੂੰ ਲੈ ਕੇ ਉੱਥੇ ਕਿਸਾਨੀ ਝੰਡੇ ਦੇ ਥੱਲੇ ਹੋ ਕੇ ਬੈਠਣ, ਫਿਰ ਸਾਡਾ ਇਹ ਸਾਥ ਦੇਣ ਦਾ ਇਹਨਾਂ ਦਾ ਮਤਲਬ ਆ, ਫਿਰ ਮੰਨਾਂਗੇ ਕਿਸਾਨਾਂ ਦਾ ਇਹ ਸਾਥ ਦਿੰਦੇ ਆ। ਜਦੋਂ ਤੁਸੀਂ ਟਿੱਕਰੀ ਬਾਰਡਰ 'ਤੇ ਆਖਿਆ ਜੇ ਕਿਤੇ ਉੱਥੇ ਜਾ ਵੀ ਵੜਦੇ ਆ, ਫਿਰ ਵਿਰੋਧ ਵੀ ਬਹੁਤ ਕਰਦੇ ਆ ਕਿਸਾਨ? ਵਿਰੋਧ ਦੇਖੋ ਜੀ, ਜੇ ਤਾਂ ਹੁਣ ਨੀਲੀਆਂ ਪੱਗਾਂ ਬੰਨ ਕੇ ਅਤੇ ਕੁਝ ਸ਼ਰਾਰਤੀ ਅਨਸਰ ਆਪਣੇ ਝੰਡੇ ਲਾ ਕੇ ਉੱਥੇ ਜਾਂਦੇ ਆ ਤਾਂ ਵਿਰੋਧ ਇਹਨਾਂ ਦਾ ਬਣਦਾ ਸ਼ਾਂਤਮਈ। ਜੇ ਜਾ ਕੇ ਕਿਸਾਨਾਂ ਦਾ ਝੰਡਾ ਲੈ ਕੇ ਜਿਹੜਾ ਵੀ ਕੋਈ ਇਨਸਾਨ ਉੱਥੇ ਬਹਿੰਦਾ ਤਾਂ ਉਹਨਾਂ ਦਾ ਸਾਨੂੰ ਜੀ ਆਇਆਂ ਨੂੰ ਆ। ਕਾਨੂੰਨ ਦੇ ਇਹ ਜਿਹੜਾ ਤਿੰਨੇ ਕਾਨੂੰਨਾਂ ਦੇ ਖਿਲਾਫ ਜਾ ਕੇ ਇਹ ਬੋਲਣ ਤਾਂ ਮੰਨਾਂਗੇ ਸਾਡਾ ਇਹ ਸਾਥ ਦਿੰਦੇ ਆ। ਤਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ, ਅੱਗੇ ਵੀ ਦਿਖਾਉਂਦੇ ਹਾਂ, ਅੱਗੇ ਗਿਆ ਕਾਫਲਾ, ਅੱਗੇ ਮੀਟਿੰਗ ਹੈ, ਅੱਜ ਸ਼ਹਿਰ ਦੇ ਲੋਕਾਂ ਨਾਲ ਮੀਟਿੰਗ ਹੈ। ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਅੱਗੇ ਕਾਫਲਾ ਗਿਆ, ਕਿਸਾਨ ਹਾਲੇ ਵੀ ਉੱਥੇ ਹੀ ਖੜੇ ਆ, ਕਿਸਾਨ ਗਏ ਨਹੀਂ ਆ, ਕਿਸਾਨ ਉੱਥੇ ਹੀ ਖੜੇ ਆ, ਹੱਥਾਂ ਦੇ ਵਿੱਚ ਕਿਸਾਨੀ ਦੇ ਅਤੇ ਕਾਲੇ ਝੰਡੇ ਆ। ਵਿਰੋਧ ਉਸੇ ਗੱਲ ਦਾ ਜਿਹੜਾ ਕਿਹਾ ਜਾਂਦਾ ਸੀ ਕਿ ਜਦੋਂ ਬਿੱਲ ਪਾਸ ਹੋਏ ਸੀ ਉਦੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੀ ਇਹਨਾਂ 'ਤੇ ਸਾਈਨ ਸੀ। ਬੇਸ਼ੱਕ ਬਾਅਦ ਦੇ ਵਿੱਚ ਕਿਸਾਨਾਂ ਵੱਲੋਂ ਕਿਹਾ ਜਾਂਦਾ ਕਿ ਚੀਚੀ ਉਂਗਲ ਨੂੰ ਖੂਨ ਲਾ ਕੇ ਉਹ ਸ਼ਹੀਦ ਬਣੇ ਆ, ਪਰ ਜਿਹੜਾ ਕਿਸਾਨਾਂ ਦੇ ਵਿੱਚ ਜਿਹੜਾ ਗੁੱਸਾ, ਅੱਗੇ ਦੀਆਂ ਤਸਵੀਰਾਂ ਅੱਗੇ ਵੀ ਕਿਸਾਨਾਂ ਵੱਲੋਂ ਘਰਾ ਕੀਤਾ ਜਾਣਾ, ਅੱਗੇ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਉਣੇ ਆ। ਪਰ ਫਿਲਹਾਲ ਦੇ ਲਈ ਜਿਹੜੀਆਂ ਇਹ ਇਸ ਵਕਤ ਤੁਸੀਂ ਦੇਖਿਆ, ਅੱਜ ਬੀਬਾ ਹਰਸਿਮਰਤ ਕੌਰ ਬਾਦਲ ਜਿਹੜਾ ਕਿਸਾਨ ਹੈ, ਜਿਹੜਾ ਅਕਾਲੀ ਦਲ ਹੈ, ਉਹ ਸ਼ਹਿਰੀ ਵੋਟ ਨੂੰ, ਕਿਉਂਕਿ ਆਮ ਹੀ ਕਿਹਾ ਜਾਂਦਾ ਸੀ ਕਿ ਜੋ ਬੀਜੇਪੀ ਨਾਲ ਗਠਬੰਧਨ ਸੀ ਤਾਂ ਸ਼ਹਿਰੀ ਵੋਟ ਅਕਾਲੀ ਦਲ ਕੋਲ ਸੀ। ਤਾਂ ਅੱਗੇ ਦੀਆਂ ਤਸਵੀਰਾਂ ਦਿਖਾਵਾਂ ਤੁਹਾਨੂੰ, ਤਾਂ ਜਿਹੜੀ ਸ਼ਹਿਰੀ ਵੋਟ ਸੀ ਉਹ ਅਕਾਲੀ ਦਲ ਕੋਲ ਸੀਗੀ ਕਿਉਂਕਿ ਬੀਜੇਪੀ ਨਾਲ ਗਠਬੰਧਨ ਸੀ, ਪਰ ਹੁਣ ਜਿਹੜੀ ਹੈ ਸ਼ਹਿਰੀ ਵੋਟ ਵੀ ਖੁਸਦੀ ਜਾਂਦੀ ਹੈ, ਪਿੰਡਾਂ ਦੇ ਵਿੱਚ ਵੀ ਜਿਹੜਾ ਕਿਸਾਨ ਵਿਰੋਧ ਕਰ ਰਹੇ ਆ ਤਾਂ ਪਿੰਡਾਂ ਦੇ ਵਿੱਚ ਵੀ ਜਿਹੜਾ ਆਧਾਰ ਹੈ ਉਹ ਲਗਾਤਾਰ ਘਟਦਾ ਜਾ ਰਿਹਾ, ਜਿਸ ਕਰਕੇ ਜਿਹੜਾ ਅਕਾਲੀ ਦਲ ਹੈ ਤਸਵੀਰਾਂ ਤੁਹਾਨੂੰ ਦਿਖਾਉਣੇ ਆ, ਜਿਹੜਾ ਅਕਾਲੀ ਦਲ ਹੈ ਉਹ ਸ਼ਹਿਰਾਂ ਦੇ ਵਿੱਚ ਆਧਾਰ ਬਣਾਉਣ ਦੇ ਲਈ ਅਜਿਹੇ ਪ੍ਰੋਗਰਾਮ ਕਰ ਰਿਹਾ ਜੀ। ਸ਼ਹਿਰ ਦੇ ਲੋਕਾਂ ਦੇ ਨਾਲ ਮੀਟਿੰਗ ਹੈ, ਪਰ ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅੱਗੇ ਵੀ ਇੱਕ ਜਗ੍ਹਾ ਕਿਸਾਨ ਰੋਕੇ ਹੋਏ ਆ, ਕਿਉਂਕਿ ਜਥੇਬੰਦੀਆਂ ਨੇ ਕਈ ਪ੍ਰੋਗਰਾਮ ਬਣਾਏ ਸੀ, ਅਮੀਰ ਸੀ ਕਿ ਰੂਟ ਪਲਾਨ ਚੇਂਜ ਹੋ ਸਕਦਾ, ਰੂਟ ਬਦਲ ਸਕਦੇ ਆ, ਜਿਸ ਕਰਕੇ ਉਹਨਾਂ ਪਹਿਲਾਂ ਹੀ ਪ੍ਰੋਗਰਾਮ ਬਣਾ ਲਏ ਸੀ ਕਿ ਦੋ ਤਿੰਨ ਜਗ੍ਹਾ ਘੜਾ ਦਿੱਤਾ ਜਾਵੇਗਾ। ਤਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਕਿਸਾਨ ਵੱਡੀ ਗਿਣਤੀ 'ਚ ਖੜੇ ਆ, ਪੁਲਿਸ ਵੀ ਅੱਗੇ ਖੜੀ ਆ ਦੋ ਜਗ੍ਹਾ ਹੈ, ਦੂਜੀ ਜਗ੍ਹਾ ਦੇ ਉੱਤੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਵਿਰੋਧ। ਇੱਥੇ ਪਹਿਲਾਂ ਧਰਨੇ ਦਾ ਪ੍ਰੋਗਰਾਮ ਵੀ ਬਣਿਆ ਸੀ, ਪਰ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਕਾਲੇ ਝੰਡੇ ਦਿਖਾ ਲਓ, ਵਿਰੋਧ ਕਰ ਲਓ, ਪਰ ਘੜਾਓ ਨਾ ਕਰੋ। ਪਰ ਇੱਥੇ ਹੁਣ ਇਸ ਵਕਤ ਮੁਰਦਾਬਾਦ ਦੇ ਨਾਅਰੇ ਲੱਗੇ ਆ, ਅੱਗੇ ਕਾਲੂ ਰਾਮ ਦੀ ਬਗੀਚੀ ਹੈ ਜਿੱਥੇ ਉਹਨਾਂ ਦਾ ਪ੍ਰੋਗਰਾਮ ਹੈ। ਪਰ ਫਿਲਹਾਲ ਦੇ ਲਈ ਤਸਵੀਰਾਂ ਦਿਖਾ ਦਿੰਦੇ ਹਾਂ,
ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਕਿਸਾਨ ਆਗੂ ਹਰਸਿਮਰਤ ਬਾਦਲ ਦਾ ਵਿਰੋਧ ਕਰਨ ਦਾ ਕੀ ਕਾਰਨ ਮੰਨਿਆ ਜਾਵੇ? ਵੀ ਇਹਨੇ ਜਦੋਂ ਸਾਡੇ ਲੋਕਾਂ ਤੋਂ ਵੋਟਾਂ ਲਈਆਂ, ਕਾਲੇ ਕੁੰਗਾਂ ਤੇ ਇਹਨੇ ਦਸਤਖਤ ਕੀਤੇ, ਮੋਦੀ ਸਰਕਾਰ ਨਾਲ ਮਿਲ ਕੇ ਵੱਡੇ ਵੱਡੇ ਅਹੁਦੇ ਲਏ ਇਹਨਾਂ ਨੇ, ਜਦੋਂ ਲੋਕਾਂ ਨੇ ਰੌਲੇ ਪਾਏ, ਸਾਨੂੰ ਲੋਕਾਂ ਨੂੰ ਕਾਨੂੰਨ ਸਿਖਾ ਰਹੀ ਸੀ ਇਹ ਵੀ ਮੇਰੇ ਨਾਲ ਚੱਲੋ, ਜਦੋਂ ਲੋਕਾਂ ਨੇ ਵਾਹ ਨੂੰ ਮਰੋੜਾ ਦਿੱਤਾ, ਸਮੁੱਚਾ ਦੇਸ਼ ਉੱਠ ਕੇ ਤੁਰ ਪਿਆ, ਘਰ ਘਰ ਜਿੰਨੇ ਦਾ ਵਿਰੋਧ ਹੋਣ ਲੱਗਿਆ, ਤੇ ਲੋਕ ਦਿੱਲੀ ਦੀਆਂ ਮਰੂਹਾਂ ਤੇ 2 ਮਹੀਨੇ ਹੋ ਗਏ ਸੀ ਬੈਠੇ ਨੂੰ, ਤੇ 28 ਫਰਵਰੀ ਤੋਂ ਪਹਿਲਾਂ ਇਹਨਾਂ ਨੇ ਫੇਰ ਅਸਤੀਫੇ ਦਿੱਤੇ ਲੋਕਾਂ ਤੋਂ ਡਰਦੇ ਨੂੰ। ਇਹੀ ਸਵਾਲ ਕਰਨੇ ਸੀ ਅਸੀਂ ਕਿ ਪਹਿਲਾਂ ਤੁਹਾਨੂੰ ਕੀ ਲੋੜ ਪੈ ਗਈ ਸੀ ਦਸਤਖਤ ਕਰਨ ਦੀ? ਜਦੋਂ ਲੋਕਾਂ ਨੇ ਸਵਾਲ ਕੀਤੇ ਤੁਸੀਂ 26 ਜਨਵਰੀ ਤੋਂ ਪਹਿਲਾਂ ਕਿਉਂ ਨਹੀਂ ਅਸਤੀਫੇ ਦਿੱਤੇ, ਹੁਣ ਤੁਹਾਨੂੰ ਕੀ ਲੋੜ ਪੈ ਗਈ? ਆਉਣ ਦੇ ਪਿੰਡਾਂ ਦੇ ਵਿੱਚ ਦੱਸਾਂਗੇ ਲੋਕਾਂ ਨੂੰ ਘੇਰ ਕੇ ਇਹਨਾਂ ਨੂੰ ਵੀ ਕਿਹੜੇ ਭਾਅ ਵੋਕਦੀ ਹੈ। ਅੱਜ ਸਾਡੇ ਨੇਲ ਕਾਂਡ ਵਾਪਰਿਆ ਬਹਿਲ ਕਲਾਂ ਦੇ ਵਿੱਚ, ਉਹ ਸਜ਼ਾਵਾਂ ਦੇ ਕੌਣ ਦੋਸ਼ੀ ਨੇ ਉਹ ਪੁੱਛਣੇ ਨੇ। ਜੈਤੋ ਦੇ ਵਿੱਚ ਗੁੰਡਾਗਰਦੀ ਕਰਨ ਵਾਲੇ ਜਿਹੜੇ ਲੋਕਾਂ ਦੀਆਂ ਗੱਲ ਕਰਦੇ ਆ ਕਿ ਅਸੀਂ ਗੁੰਡਾਗਰਦੀ ਨੂੰ ਖਤਮ ਕਰਾਂਗੇ, ਅੱਜ ਉਹ ਦਿਨ ਕਿ ਇੱਥੋਂ ਦੇ ਸ਼ਹਿਰ ਦੇ ਪ੍ਰਧਾਨ ਬਣਾਏ ਹੋਏ ਨੇ, ਗਰੀਬ ਦੁਕਾਨਦਾਰਾਂ ਦੀਆਂ ਲੱਤਾਂ ਤੋੜੀਆਂ ਇਹਨਾਂ ਲੋਕਾਂ ਨੇ, ਗੁੰਡੇ ਇਹਨਾਂ ਨੇ ਆਗੂ ਬਣਾਏ ਹੋਏ ਨੇ, ਰੇਤਾ ਬਜਰੀ ਇਹ ਖਾ ਗਏ, ਸਕੂਲ ਇਹ ਖਾ ਗਏ, ਹਸਪਤਾਲ ਇਹ ਖਾ ਗਏ, ਕਿਹਦੀ ਕਿਹਦੀ ਗੱਲ ਦੱਸ ਗਏ? ਉਹ ਸਾਰੇ ਹਿਸਾਬ ਕਿਤਾਬ ਇਹਨਾਂ ਤੋਂ ਪੁੱਛਣੇ ਸੀ, ਸਾਰੇ ਸਵਾਲ ਕਰਨੇ ਸੀ। ਪਰ ਠੀਕ ਹੈ, ਪ੍ਰਸ਼ਾਸਨ ਨੇ ਸਾਨੂੰ ਉਹ ਸਵਾਲ ਨਹੀਂ ਕਰਨ ਦਿੱਤੇ। ਪ੍ਰਸ਼ਾਸਨ ਦੀ ਤਾਕਤ ਵੱਡੀ ਸੀ, ਸਾਡੀ ਤਾਕਤ ਛੋਟੀ ਸੀ, ਪਰ ਅਸੀਂ ਅੱਜ ਫਿਰ ਐਲਾਨ ਕਰਕੇ ਜਾਂਦੇ ਹਾਂ ਕਿ ਜਿੰਨਾ ਚਿਕ ਸਾਡੇ 'ਚ ਜਾਣ ਹੈ, ਜਿੰਨਾ ਚਿਕ ਸਾਨੂੰ ਸੰਯੁਕਤ ਮੋਰਚਾ ਮੰਗ ਕਰੂਗਾ ਕਿ ਇਹਨਾਂ ਨੂੰ ਉਹਨਾਂ ਚਿਕ ਪਿੰਡਾਂ 'ਚ ਨਹੀਂ ਮੰਨ ਦੇਣੇ, ਕਿ ਜਿੰਨਾ ਚਿਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਅਸੀਂ ਵੀ ਮੰਗ ਕੀਤੀ ਇਹਨਾਂ ਤੋਂ ਉਹਨਾਂ ਚਿੱਕਰ ਵੀ ਤੁਸੀਂ ਆਪਣੀਆਂ ਰੈਲੀਆਂ ਬੰਦ ਕਰੋ, ਚੋਣ ਕਮਿਸ਼ਨ ਨੂੰ ਕਹੋ ਕਿ ਪੰਜਾਬ ਦੀਆਂ ਚੋਣਾਂ ਰੱਦ ਕਰੋ, ਕਿ ਜਿੰਨਾ ਚਿਕ ਕੋਰਟ ਜਾਣਗੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਅਤੇ ਅਸੀਂ ਅੱਜ ਵਾਅਦਾ ਕਰਦੇ ਹਾਂ ਕਿ ਕੋਈ ਵੀ ਵੋਟ ਪਟੋਰੀ ਪਾਰਟੀ ਹੋਵੇ, ਅਕਾਲੀ ਹੋਣ, ਕਾਂਗਰਸ ਵਾਲੇ ਹੋਣ, ਆਪ ਵਾਲਿਆਂ ਦਾ ਇੱਕ ਲੀਡਰ ਹੈ ਰਾਮੇਆਣੇ ਦਾ, ਕੱਲ੍ਹ ਉਹ ਗਿੱਦੜ ਆਏ ਤੇ ਸਾਡੀ ਕਿਸਾਨ ਜਥੇਬੰਦੀ ਦਾ ਝੰਡਾ ਲੱਗਿਆ ਪ੍ਰਚਾਰ ਕਰਨ ਲੱਗਿਆ, ਉਹਦੇ ਨਾਲ ਵੀ ਅਸੀਂ ਲਿੱਤਰਾਂਗੇ ਅੱਜ ਭਾਲ ਦੇ ਵਿੱਚ ਜਿੱਥੇ ਉਹਨਾਂ ਨੂੰ ਮਿਲ ਗਿਆ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੋਟਾਂ ਲੈਣਗੀਆਂ ਅਸੀਂ ਉਹਨਾਂ 'ਚ ਵਿਰੋਧ ਕਰਾਂਗੇ ਕਿ ਜਿੰਨਾ 'ਚ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਬਾਦਲ ਦਾ ਬਾਦਲ ਪਾਰਟੀ ਜਾਣੀ ਕਿ ਕਹਿ ਦਈਏ, ਬਾਦਲ ਪਰਿਵਾਰ ਕਹਿੰਦਾ ਕਿ ਅਸੀਂ ਖੁਦ ਕਿਸਾਨ ਹੈ, ਕਿਸਾਨ ਹਿਤੈਸ਼ੀ ਹੈ, ਹੈਗੇ ਆ। ਪਹਿਲੀ ਗੱਲ ਤਾਂ ਇਹ, ਜਿਹੜੇ ਬਾਦਲ ਦਾ ਪਰਿਵਾਰ ਆ ਸਾਰੇ ਨੇ ਇਹਨਾਂ ਕਾਲੇ ਕਾਨੂੰਨਾਂ ਨੂੰ ਜਿਹੜਾ ਲਾਗੂ ਕਰਵਾਉਣ ਦੇ ਵਿੱਚ, ਬਣਾਉਣ ਦੇ ਵਿੱਚ ਵੱਡਾ ਹਿੱਸਾ ਪਾਇਆ। ਹੁਣ ਤਾਂ ਹੀ ਉਹ ਜਿਹੜੇ ਗੁਣਗਾਨ ਕਰਦੇ ਰਹੇ ਆ, ਸਾਰਾ ਪਰਿਵਾਰ ਵੱਖ ਵੱਖ ਜਿਹੜੀਆਂ ਵੀਡੀਓ ਉਹਨਾਂ ਦੀਆਂ ਨੈੱਟ 'ਤੇ ਪਈਆਂ, ਇਹਨਾਂ ਨੇ ਹਮਾਇਤ ਕੀਤੀ ਹੈ ਦੱਬ ਕੇ। ਜਦੋਂ ਪਤਾ ਲੱਗਿਆ ਵੀ ਸੰਯੁਕਤ ਮੋਰਚਾ ਜਿਹੜਾ ਹੈ ਪਿੰਡਾਂ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਵੜ ਨਹੀਂ ਦੇਊਗਾ, ਉਦੋਂ ਬਾਅਦ ਇਹਨਾਂ ਨੇ ਲੋਕਾਂ ਤੋਂ ਡਰਦਿਆਂ ਨੇ ਇਹਨਾਂ ਨੇ ਜਿਹੜੇ ਅਸਤੀਫੇ ਦੇਣ ਦਾ ਪਖੰਡ ਕੀਤਾ। ਹਾਲੇ ਵੀ ਇੱਕ ਭਾਜਪਾ ਦੇ ਨਾਲ ਰਲੇ ਮਿਲੇ ਸਾਰਾ ਕੁਝ ਸਾਂਝ ਕਰ ਰਹੇ ਆ। ਜਦੋਂ ਇੱਕ ਜਿਹੜੀ ਕਿਸਾਨ ਕਚਹਿਰੀ ਹੋਈ ਸੀ ਉਸ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦ ਕੇ ਕਿਸਾਨਾਂ ਨੇ, ਸੰਯੁਕਤ ਕਿਸਾਨ ਮੋਰਚੇ ਨੇ ਸਪਸ਼ਟ ਕਰਤਾ ਸੀ ਵੀ ਤੁਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀ ਸਰਗਰਮੀਆਂ ਨਹੀਂ ਕਰੋਗੇ। ਉੱਥੇ ਵਾਅਦਾ ਕਰਕੇ ਅਤੇ ਫਿਰ ਫੇਰੇ ਹਟਦੇ ਨਹੀਂ, ਲੋਕਾਂ ਦੇ ਵਿੱਚ ਪਾੜਾ ਪਾਉਣ ਵਾਸਤੇ, ਸਾਡੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਸਤੇ ਲੋਕਾਂ ਦੇ ਵਿੱਚ ਪਾੜਾ ਪਾਉਣਾ ਇਹਨਾਂ ਨੇ, ਉਸ ਕਰਕੇ ਫਿਰ ਪਿੰਡਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਆਏ ਆ, ਸ਼ਹਿਰਾਂ ਦੇ ਵਿੱਚ ਇਹ ਫਿਰਦੇ ਆ। ਅਸੀਂ ਮਰਦੇ ਦਮ ਤੱਕ ਜਿੰਨਾ ਸਾਨੂੰ ਸੰਯੁਕਤ ਕਿਸਾਨ ਮੋਰਚਾ ਇਹ ਹੁਕਮ ਕਰੂਗਾ, ਅਸੀਂ ਉਹਨਾਂ ਦੇ ਹਰ ਹੁਕਮ 'ਤੇ ਫੁੱਲ ਚੜਾਵਾਂਗੇ ਅਤੇ ਡਟ ਕੇ ਵਿਰੋਧ ਤਾਂ ਕਰਾਂਗੇ, ਭਾਵੇਂ ਅਸੀਂ ਬਾਹਰ ਆ ਅਤੇ ਚਾਹੇ ਅਸੀਂ ਥੋੜ੍ਹੇ। ਜਿਵੇਂ ਅੱਜ ਸ਼ਹਿਰ ਵਾਸੀਆਂ ਨਾਲ ਮੀਟਿੰਗ ਕਰਨ ਆਏ ਆ, ਲੱਗਦਾ ਕਿ ਜਿਹੜੇ ਮਤਲਬ ਜਿਹੜਾ ਕਿਹਾ ਜਾਂਦਾ ਹੈ ਮਜ਼ਦੂਰ ਵਪਾਰੀ ਕਿਸਾਨ ਏਕਤਾ, ਸ਼ਹਿਰ ਵਾਸੀ ਵੀ ਇਹਨਾਂ ਨੂੰ ਮੂੰਹ ਲਾਉਣਗੇ? ਉਹੀ ਲੋਕ ਹੋਣਗੇ ਜਿਨ੍ਹਾਂ ਨੇ 2 ਨੰਬਰ ਦੇ ਕੰਮ ਕਰਨੇ ਆ। ਅੱਜ ਦੁਕਾਨਾਂ ਦੇ ਵੇਖ ਲਓ, ਸਾਰੇ ਸ਼ਹਿਰ ਨਿਵਾਸੀ ਦੁਕਾਨਾਂ ਦੇ ਬੈਠੇ ਆ, ਉਹੀ ਮੰਡੀਰਾਂ ਜਿਹੜੀਆਂ ਇਹਨਾਂ ਕੋਲੇ ਓਐਸਓ ਬਣਾਈ ਵੀ ਇਹਨਾਂ ਦੀ, ਉਹ ਕੁਝ ਬੰਦੇ ਜਿਨ੍ਹਾਂ ਨੇ ਸ਼ਰਾਬਾਂ ਵੇਚਣੀਆਂ, ਜਿਨ੍ਹਾਂ ਨੇ ਵੱਡੇ ਵੱਡੇ ਇੱਥੇ ਭੰਡਾਰ ਸ਼ਰਾਬਾਂ ਦੇ 2 ਨੰਬਰ ਦੀ ਦਾਰੂ ਵੇਚੀ ਹੈ, ਉਹ ਇਹਦੀ ਅਗਵਾਈ ਵਾਹੀ ਕਰਕੇ ਲੈ ਕੇ ਗਏ ਆ, ਕਿਉਂਕਿ ਉਹਨਾਂ ਨੇ ਲੁੱਟ ਕਰਨੀ ਹੈ ਸਾਡੇ ਨੌਜਵਾਨਾਂ ਨੂੰ ਨਸ਼ੇ ਤੇ ਲਾਉਣਾ। ਵੀ ਉਹ ਜਿਹੜਾ ਅਣਖੀ ਲੋਕ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਹੈ, ਜਿਹੜੇ ਦੁਕਾਨਦਾਰਾਂ ਨੂੰ ਪਤਾ ਵੀ ਸਾਡਾ ਇਹਨਾਂ ਨੇ ਚੌਪਟ ਕਰਤਾ ਝੁੱਗਾ, ਉਹ ਕੋਈ ਵੀ ਦੁਕਾਨ ਆਪਣੀ ਦੁਕਾਨ ਛੱਡ ਕੇ ਨਹੀਂ ਆਇਆ, ਆਪਣੀ ਦੁਕਾਨ ਤੇ ਅੱਜ ਵੀ ਸੰਯੁਕਤ ਮੋਰਚੇ ਦੇ ਨਾਲ ਹੈ ਤੇ ਕੱਲ ਵੀ ਉਹ ਸੰਯੁਕਤ ਮੋਰਚੇ ਨਾਲ। ਕਿਸਾਨ ਜੇ ਵਪਾਰੀ ਦੀ ਏਕਤਾ ਬਰਕਰਾਰ ਹੈ, ਜਿੰਨੇ ਇੱਥੋਂ ਦੇ ਤੁਸੀਂ ਵੇਖਿਆ ਵੀ ਇੱਥੋਂ ਦੇ ਲੰਘੇ ਅਕਾਲੀ ਵਰਕਰ, ਜਿਨ੍ਹਾਂ ਨੂੰ ਇਹ ਅਕਾਲੀ ਵਰਕਰ ਕਹਿੰਦੇ, ਸਭ ਗੁੰਡੇ ਮੁੰਡੇ ਇਕੱਠੇ ਕਰਕੇ ਲਿਆਏ ਸੀ ਸਿਰਫ ਖਲਲ ਪਾਉਣ ਦੀ ਖਾਤਰ। ਇਹ ਸਾਡਾ ਹੀ ਜਾਬਤਾ ਜਿਹੜਾ ਅਸੀਂ ਉਹਨਾਂ ਨਾਲ ਟਕਰਾਅ ਨਹੀਂ ਕੀਤਾ ਗਾ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ, ਪ੍ਰਸ਼ਾਸਨ ਨੇ ਵੀ ਨਹੀਂ ਰੋਕਿਆ, ਉਹਨਾਂ ਨੂੰ ਰੋਕਣਾ ਚਾਹੀਦਾ ਸੀ। ਸਾਰੇ ਮੁੰਡੇ ਸੀ ਕਾਲਜਾਂ ਦੀ ਤੇ ਸਕੂਲਾਂ ਦੀ ਮੰਡੀਰ ਇਕੱਠੀ ਕਰਕੇ, ਨਸ਼ਾ ਵਾਲੇ ਮੁੰਡੇ ਲੈ ਗਏ, ਕਿਹੜਾ ਇੱਥੇ ਅਕਾਲੀ ਵਰਕਰ ਤੁਸੀਂ ਲੰਘਦਾ ਵੇਖਿਆ? ਬਾਕੀ ਰਹੀ ਗੱਲ ਦੁਕਾਨਦਾਰਾਂ ਦੀ ਜਾਂ ਜੈਤੋ ਨਿਵਾਸੀਆਂ ਦੀ, ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਹਿਲਾਂ ਤੋਂ ਹੀ ਖੜੇ, ਤੁਸੀਂ ਹਰ ਵਾਰੀ ਵੇਖਦੇ। ਬਰਗਾੜੀ ਸਾਹਿਬ ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਜਿਹੜੇ ਬਾਦਲ ਕਿ ਹੁਣ ਪੌਂਕੇ ਦੇ ਵਿੱਚ ਕਿਸਾਨ ਹੈ, ਕਿਸਾਨ ਇਹ ਕਿਸਾਨ ਨਹੀਂ, ਇਹ ਵੱਡੇ
ਭੂਪਤੀ ਸਰਮਾਏਦਾਰ ਹੈ, ਇਹਨਾਂ ਦੀ ਕਿਸਾਨਾਂ ਨਾਲ ਕੋਈ ਸਾਂਝ ਨਹੀਂ। ਇਹ ਸਰਮਾਏਦਾਰ ਟੋਲਾ ਅਤੇ ਸਰਮਾਏਦਾਰਾਂ ਦਾ ਪੱਖ ਪੂਰਦਾ, ਸਾਡੇ ਕਿਸਾਨਾਂ ਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਕਰਨ ਦੀ। ਅਤੇ ਜਿਹੜੇ ਇਹ ਸਖਬੀਰ ਵਰਗੇ ਕਹਿੰਦੇ ਸੀ ਵੀ ਇਹ ਤਾਂ ਕਿਸਾਨ ਤਾਂ ਵਿਹਲੇ ਆ ਤਾਂ ਤਾਂ ਲੈ ਬੈਠੇ ਆ, ਹੁਣ ਪੁੱਛਣ ਹੁਣ ਤੂੰ ਆ ਕਿਸਾਨ ਦੇ ਪੈਸੇ ਕਿਉਂ ਲੈ ਬੈਠਾ ਕਿ ਹੁਣ ਤੂੰ ਵਿਹਲਾ ਹੋ ਗਿਆ, ਤੈਨੂੰ ਸ਼ਰਮ ਨਹੀਂ ਚਾਹੀਦੀ। ਇੱਥੋਂ ਦਾ ਇੱਕ ਜੈਲਦਾਰਾਂ ਦਾ ਨੰਬਰਦਾਰ ਬਣਿਆ ਯਾਨੀ ਕਿ ਤੋਤਾ ਤਾਤਾ, ਉਹ ਆਪਦੀ ਬਦਮਾਸ਼ੀ ਨਾਲ ਸਾਡੇ ਵਿੱਚ ਗਿਆ ਨਾ, ਅਸੀਂ ਆਉਣ ਵਾਲੇ ਦਿਨਾਂ 'ਚ ਉਹਦਾ ਕਿਵੇਂ ਕਰਨਾ, ਥਾਣੇ ਬਾਰ 'ਚ ਬਹਿਣਾ, ਉਹਦੇ ਪਰਚਾ ਕਰਾਉਣਾ। ਉਹਨੇ ਕੋਈ ਕਸਰ ਨਹੀਂ ਸਾਡੀ ਸਾਡੀ ਪੁਲਿਸ ਨੂੰ ਅਤੇ ਸਾਨੂੰ ਲੜਾਉਣ ਦੀ, ਸਾਡੇ ਨੌਜਵਾਨਾਂ 'ਚ ਲੜਾਉਂਦੇ। ਇਸ ਕਰਕੇ ਉਹ ਦੰਗਾ ਪੀੜਤਾਂ ਦਾ ਮੁਖੀ ਆ ਉਹ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ 2 ਦਿਨ ਦੇ ਵਿੱਚ ਜਾਂ 18 ਤਰੀਕ ਤੋਂ ਪਹਿਲਾਂ ਉਸ ਬੰਦੇ ਨੂੰ ਥਾਣੇ ਸੱਦ ਕੇ ਉਹਦੀ ਪੁੱਛ ਪੜਤਾਲ ਕੀਤੀ ਜਾਵੇ, ਨਹੀਂ 18 ਤੋਂ ਬਾਅਦ ਅਸੀਂ ਤੋਤੇ ਦੇ ਪਰਚਾ ਦੰਗੇ ਦਾ ਪਰਚਾ ਕਰਾਉਣ ਲਈ ਅਸੀਂ ਮੈਦਾਨ 'ਚ ਨਿਤਰਾਂਗੇ। ਹਾਂਜੀ, ਤਾਂ ਗੱਲਬਾਤ ਕੀਤੀ, ਇਹ ਉਹੀ ਹਲਕਾ ਜੀ ਅਸੀਂ ਇੱਕ ਵਾਰ ਕਿਸਾਨੀ ਤੋਂ ਪਾਸੇ ਵੀ ਕਹੀਏ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਅਕਾਲੀ ਦਲ ਦੇ ਰਾਜ ਦੇ ਵਿੱਚ, ਅਕਾਲੀ ਦਲ ਦੇ ਰਾਜ ਦੇ ਵਿੱਚ ਬੇਅਦਬੀ ਹੋਈ ਤਾਂ ਉੱਥੇ ਇਹ ਵੀ ਸਵਾਲ ਬਰਕਰਾਰ ਹੈ ਕਿ ਅੱਜ 6 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਨਸਾਫ਼ ਤੋਂ ਕੋਹਾਂ ਦੂਰ ਹੈ, ਲੋਕ ਇਨਸਾਫ਼ ਤੋਂ ਕੋਹਾਂ ਦੂਰ ਹੈ। ਪਰ ਬੀਬਾ ਹਰਸਿਮਰਤ ਕੌਰ ਬਾਦਲ ਦਾ ਇੱਥੇ ਆਉਣਾ, ਕਿਸਾਨਾਂ ਨੇ ਕਿਹਾ ਕਿ ਨਾ ਤਾਂ ਉਹ ਕਿਸਾਨ ਹਿਤੈਸ਼ੀ ਹੈ ਨਾ ਵਪਾਰੀ ਹਿਤੈਸ਼ੀ ਹੈ, ਜਿਸ ਕਰਕੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਜਿਹੜੇ ਬਿੱਲ ਪਾਸ ਹੋਏ ਸੀ ਜਦੋਂ 3 ਕਾਨੂੰਨ ਜਿਹੜੇ ਬਣੇ ਆ ਹੁਣ ਜਦੋਂ ਬਿੱਲ ਪਾਸ ਹੋਏ ਸੀ ਉਦੋਂ ਇਹਨਾਂ ਨੇ ਦਸਤਖਤ ਕੀਤੇ ਸੀ ਉਹਨਾਂ 'ਤੇ, ਅਤੇ ਹੁਣ ਕਿਸਾਨ ਹਿਤੈਸ਼ੀ ਹੋਣ ਦਾ ਉਹ ਨਾਟਕ ਕਰ ਰਿਹਾ। ਜਦ ਤੱਕ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੋਇਆ ਕਿ ਜਦੋਂ ਤੱਕ ਇਲੈਕਸ਼ਨ ਦਾ ਐਲਾਨ ਨਹੀਂ ਹੁੰਦਾ ਕੋਈ ਰੈਲੀ ਕੋਈ ਮੁਜ਼ਾਹਰਾ ਕੋਈ ਪੋਲੀਟੀਕਲ ਪਾਰਟੀ ਨਹੀਂ ਕਰੂਗੀ।